ਵਧੀਆ ਜਿੰਨੀ ਮਰਜ਼ੀ ਤਗੜੀ ਹੋਵੇ। ਪੁਲਿਸ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਕਾਲਾ ਧਨੌਲਾ ਦਾ ਅੱਜ ਜੱਦੀ ਪਿੰਡ ਧਨੌਲਾ ਦੇ ਵਿਖੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਕਾਲਾ ਧਨੌਲਾ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਰਧਾਂਜਲੀ ਦੇਣ ਪਹੁੰਚੇ ਨੇ ਲੋਕ। ਲੋਕਾਂ ਦੇ ਨਾਲ ਨਾਲ ਸੰਸਦ ਸਿਮਰਨਜੀਤ ਸਿੰਘ ਮਾਨ ਵੀ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਨੇ ਕਾਲਾ ਧਨੌਲਾ ਦੇ। ਸੰਸਦ ਮਾਨ ਨੇ ਐਨਕਾਊਂਟਰ ਨੂੰ ਫੇਕ ਦੱਸਿਆ ਹੈ ਅਤੇ ਹਾਈਕੋਰਟ ਦੇ ਵਿੱਚ ਸਿਟਿੰਗ ਜੱਜ ਤੋਂ ਐਨਕਾਊਂਟਰ ਦੀ ਜਾਂਚ ਦੀ ਮੰਗ ਕੀਤੀ ਹੈ। ਬੀਤੇ ਦਿਨਾਂ ਦੇ ਵਿੱਚ ਕਾਲਾ ਧਨੌਲਾ ਦੇ ਫਾਰਮ ਹਾਊਸ ਦੇ ਵਿੱਚ ਉਸਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਸੀ ਕਿ ਪਹਿਲਾਂ ਕਾਲਾ ਧਨੌਲਾ ਦੇ ਵੱਲੋਂ ਫਾਇਰਿੰਗ ਕੀਤੀ ਗਈ, ਉਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਕਾਲਾ ਧਨੌਲਾ 'ਤੇ ਫਾਇਰਿੰਗ ਕੀਤੀ ਅਤੇ ਕਾਲਾ ਧਨੌਲਾ ਇਸ ਫਾਇਰਿੰਗ ਦੌਰਾਨ ਮਾਰਿਆ ਗਿਆ, ਜਿਸ ਤੋਂ ਬਾਅਦ ਕਾਫੀ ਚਰਚਾ ਉੱਠੀ ਸੀ ਅਤੇ ਹੁਣ ਉਸਦੇ ਜੱਦੀ ਪਿੰਡ ਧਨੌਲਾ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਦੇਖੋ ਕੌਣ ਕੌਣ ਗੈਂਗਸਟਰ ਕਾਲਾ ਧਨੌਲਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਇਆ ਹੈ। ਇਹ ਜੇ ਯੋਧਿਆਂ ਦੀ ਅੰਤਿਮ ਅਰਦਾਸ ਨਹੀਂ ਹੋਇਆ ਕਰਦੀ, ਇਹ ਅਰਦਾਸ ਹੈ ਅਤੇ ਜਦੋਂ ਵੀ ਇਹਦਾ ਨਾਂ ਅਸੀਂ ਚੇਤੇ ਕਰਾਂਗੇ ਇਹਦੀ ਅਰਦਾਸ ਹੁੰਦੀ ਰਹੂਗੀ। ਇਸ ਨੂੰ ਹਕੂਮਤ ਇੰਡੀਆ ਅਤੇ ਪੰਜਾਬ ਦੀ ਹਕੂਮਤ ਨੇ ਇੱਕ ਫੜ ਕੇ ਝੂਠੇ ਮੁਕਾਬਲੇ ਦੇ ਵਿੱਚ ਇਸ ਦੀ ਜਾਨ ਲਈ ਹੈ। ਜਿਹੜਾ ਅੱਜ ਦੀ ਜਿਹੜੀ ਸੰਗਤ ਇੱਥੇ ਇਕੱਠੀ ਹੋਈ ਹੈ, ਇਸੇ ਕਰਕੇ ਇਕੱਠੀ ਹੋਈ ਹੈ ਕਿ ਸੰਗਤ ਨਹੀਂ ਚਾਹੁੰਦੀ ਕਿ ਸਾਡੇ ਬੱਚਿਆਂ ਨੂੰ ਫੜ ਕੇ ਹਕੂਮਤ ਸ਼ਹੀਦ ਕਰੇ, ਮਾਰ ਦੇਵੇ, ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ, ਮਲਿਕ ਨੂੰ, ਸੁਖਦੂਲ ਸਿੰਘ ਨੂੰ ਇੰਡੀਆ ਦੀ ਮੋਦੀ ਹਕੂਮਤ ਨੇ ਸ਼ਹੀਦ ਕਰਤਾ, ਅਸੈਸੀਨੇਟ ਕਰਤਾ। ਵਲੈਤ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ, ਰੋਡੇ ਨੂੰ ਕਰਤਾ। ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ, ਪੰਜਾਬ ਅਲੱਗੇ ਹੀ ਮੂਸੇਵਾਲ ਨੂੰ ਕੀਤਾ। ਤੋ ਇਹ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਹੈ ਇਹਦੇ ਖਿਲਾਫ਼ ਦੁਨੀਆ ਹੁਣ ਖੜ ਗਈ ਹੈ। ਅਸੀਂ ਅੱਜ ਗੁਰਮੀਤ ਸਿੰਘ ਮਾਨ ਧਨੌਲਾ ਕਾਲਾ ਜੀ ਦਾ ਪਿਛਲੇ ਦਿਨ ਐਨਕਾਊਂਟਰ ਕੀਤਾ, ਉਹਦੇ ਭੋਗ 'ਤੇ ਆਏ ਸੀ। ਅਸੀਂ ਸਮਝਦੇ ਹਾਂ ਵੀ ਜਿਹੜਾ ਐਨਕਾਊਂਟਰ ਕੀਤਾ ਗਿਆ, ਪਿਛਲੇ ਸਮੇਂ 'ਚ ਵੀ ਐਨਕਾਊਂਟਰ ਹੋਏ ਨੇ, ਵੀ ਇਹਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ। ਜੇਕਰ ਐਕਚੁਅਲ ਐਨਕਾਊਂਟਰ ਹੋਇਆ, ਜੇਕਰ ਗੁਰਮੀਤ ਨੇ ਗੋਲੀ ਚਲਾਈ ਆ, ਪੁਲਿਸ ਮੁਲਾਜ਼ਮ ਖੱਟੜ ਹੋਏ ਨੇ, ਫਿਰ ਲੋਕ ਉਸ ਢੰਗ ਨਾਲ ਸੋਚਣਗੇ, ਸ਼ਾਂਤ ਹੋਣਗੇ। ਜੇ ਇਹ ਫਾਊਲ ਗੇਮ ਆ, ਇਹਦੀ ਜੁਡੀਸ਼ੀਅਲ ਇਨਕੁਆਇਰੀ ਹਾਈਕੋਰਟ ਦਾ ਜੱਜ ਕਰੇ ਤਾਂ ਕਿ ਲੋਕਾਂ ਦੇ ਸਾਹਮਣੇ ਗੱਲ ਚਲੀ ਜਾਵੇ।